एवन पंजाबी निडर निरपक्ष ते नवीं सोच मैं तुहाडा दोस्त सोम सहोता तों लैके हाजिर हाँ करंट इशू लई चलदे हां संगरूर। दोस्तों पिछले दिन ही एक खबर जिहड़ी कि हर मीडिया के उपर बड़ी वायरल हो रही सी कि एक 65 साल के बजुर्ग ने एक 23 साल की लड़की दे नाल ब्याह करा लिया सी। ब्याह क्यों करवाया सी, हालांकि सहमति सी, सारा कुछ ये भी लगा पता कि लड़की ने अपनी मर्जी दे नाल ये स्टैप चक्या है, लेकिन उस तो बाद दी अपडेट की है शायद ये तुसी बड़े मतलब उतावले होवोगे सुन वास्ते कि उस ब्याह की असलीयत की सी और पूरी असलीयत की सर्च की है जी जगतार बाबा जी ने जो इस समय मेरे नाल संगरूर तो जुड़े ने। उन्होंने तो पुछते हैं कि उस ब्याह के पिछे अक्सर आखिर की कहानी सी और क्यों एडा बड़ा लड़की वालों स्टैप चक्या गया। बाबा जी मेरी आवाज़ आ रही है? हाँ जी आ रही है जी, बिल्कुल आ रही है आवाज। पिछले दिन ही एक 65 साल के बुजुर्ग ने 23 साल की लड़की ना ब्याह करवाया और तुसी ग्राउंड लेवल ते जाके सर्च कीती है, की है पूरी कहानी? हाँ जी सर, जिवें इह पिछले दिन ही आपां देखिया ना सोशल मीडिया दे उत्ते एक 23 साल की लड़की सी जो एक 67 साल का बुजुर्ग उहदे नाल मैरिज दीआं तस्वीरां वायरल हो रही सी, उह हर एक चैनल ने लाई जी। पर ਲੋਕਾਂ ਦੇ ਮਨ ਦੇ ਵਿੱਚ ਇਹਦੇ ਜਿਹੜੇ ਸੱਚਾਈ ਜਾਣਨ ਦੀ ਵੀ ਉਕਸੁਕਤਾ ਲੱਗੀ ਹੋਈ ਸੀ ਜੀ। ਜਿੱਥੇ ਕਿ ਸਾਡੀ ਏਵਨ ਪੰਜਾਬੀ ਦੀ ਟੀਮ ਪਿੰਡ ਵਾਲੀਆਂ ਜ਼ਿਲ੍ਹਾ ਸੰਗਰੂਰ ਪਹੁੰਚੀ, ਜਿੱਥੋਂ ਸਾਰੀ ਸੱਚਾਈ ਦਾ ਪਤਾ ਚੱਲਿਆ ਜੀ। ਤੇ ਧੂਰੀ ਦੇ ਨੇੜੇ ਪਿੰਡ ਹੈ ਜੀ ਕੱਟੂ ਵਾਲੀਆਂ ਜੀ। ਉੱਥੇ ਜਿਹੜੀ ਸਾਰੀ ਕਹਾਣੀ ਹੈਗੀ ਉਹ ਹੈਗੇ ਹੈਗੀ, ਇੱਕ ਜਤਿੰਦਰ ਸਿੰਘ ਹੈ ਜੀ, ਉਹਦੀ ਪਤਨੀ ਮਨਪ੍ਰੀਤ ਕੌਰ ਹੈਗੀ, ਜੋ ਉਹਨਾਂ ਨੇ ਪੂਰੀ ਜਿਹੜੀ ਇਹਦੀ ਕਹਾਣੀ ਹੈਗੀ ਉਹ ਆਪਣੇ ਹੱਡ ਬੀਤੀ ਉਹਨਾਂ ਨੇ ਦੱਸੀ ਹੈ ਕਿ ਇਹਦੇ ਪਿੱਛੇ ਵਿਆਹ ਦਾ ਰਿਵਾਜ਼ ਵੀ ਦੱਸਿਆ ਹੈਗਾ। ਉਹ ਸਾਰਾ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਵੀ ਜਿਹੜੀ ਇਹ ਇੱਕ ਸ਼ਾਦੀ ਹੈਗੀ, ਇਹ ਇੱਕ ਡਰਾਮਾ ਹੈਗਾ, ਤੇ ਜਿਹੜਾ ਸ਼ਮਸ਼ੇਰ ਸਿੰਘ ਨੇ ਸ਼ਾਦੀ ਕਰੀ ਹੈਗੀ ਆਪਣੇ ਬੇਟੇ ਜਤਿੰਦਰ ਸਿੰਘ ਲਈ ਕੀਤੀ ਹੈਗੀ। ਉਹਨਾਂ ਨੇ ਬਹੁਤ ਜਿਹੜੇ ਮਨਪ੍ਰੀਤ ਕੌਰ ਨੇ ਜੋ ਕਿ ਜਤਿੰਦਰ ਸਿੰਘ ਦੀ ਪਹਿਲੀ ਪਤਨੀ ਹੈ, ਉਹਨਾਂ ਨੇ ਇਲਜ਼ਾਮ ਲਗਾਏ ਨੇ ਜੀ। ਸੋਮ ਜੀ मैं बाबा जी ये पूछना चाहता है कि जिहड़ी इह पत्नी ने जतिंदर दी पत्नी ने इल्जाम लाया कि इन्हां दा कोई डिवोर्स दा केस चल रहा है जे या खत्म हो गया? जी इह डिवोर्स दा केस हैगा जिहड़ा 2016 दे विच लाया सी, उह केस अजे तक चल रहा हैगा। उसे केस नूं जिहड़ा मुख रखदे होए भी इह शादी जिहड़ी करवा नहीं सकदा सी जतिंदर सिंह, भी अपने जिहड़ी उहदे नवदीप कौर है कि लौंगोवाल दी लड़की है कि जो 23 सालां दी ਉਹ ਵੀ ਜਤਿੰਦਰ ਸਿੰਘ ਦੇ ਨਾਲ ਉੱਥੇ ਹਸਪੀਟਲ ਦੇ ਵਿੱਚ ਸੰਗਰੂਰ ਵੇਖੇ ਕੰਮ ਕਰਦੀ ਹੈਗੀ। ਇਹਦੇ ਕਰਕੇ ਜਿਹੜਾ ਉਹਨਾਂ ਦਾ ਆਪਸ ਮੇਂ ਫੇਰ ਹੋ ਗਿਆ ਤੇ ਉਹਦੇ ਕਰਕੇ ਆਪ ਸ਼ਾਦੀ ਕਰ ਨਹੀਂ ਸਕਦਾ ਸੀ, ਕਿਉਂਕਿ ਜਿਹੜਾ ਇਹਦਾ ਮਾਮਲਾ ਸੀ ਕੋਰਟ ਵਿੱਚ ਚੱਲ ਰਿਹਾ ਸੀ, ਤਾਂ ਕਰਕੇ ਇਹਦੇ ਜਿਹੜੇ ਪਿਤਾ ਨੇ ਜਿਹੜੀ ਸ਼ਾਦੀ ਕਰਕੇ ਆਪਣੇ ਬੇਟੇ ਲਈ ਸ਼ਾਦੀ ਕੀਤੀ ਜਾਣੀ ਜਤਿੰਦਰ ਸਿੰਘ। ਮਤਲਬ ਪਿਤਾ ਨੇ ਆਪਣੀ ਸ਼ਾਦੀ ਜਿਹੜੀ ਇਸ ਲੜਕੀ ਦੇ ਨਾਲ ਕਰਾਈ ਉਹ ਆਪਣੇ ਲਈ ਨਹੀਂ ਬਲਕਿ ਆਪਣੇ ਬੇਟੇ ਲਈ ਕਰਾਈ ਹੈ ਜੀ। ਬਿਲਕੁਲ, ਜਿਹੜਾ ਸਾਹਮਣੇ ਉਹਦੇ ਜਤਿੰਦਰ ਸਿੰਘ ਦੀ ਪਤਨੀ ਨੇ ਇਲਜ਼ਾਮ ਲਗਾਏ ਨੇ ਉਹ ਇਹੀ ਲਗਾਏ ਨੇ ਵੀ ਮੈਨੂੰ ਜਿਹੜਾ ਘਰੋਂ ਕੱਢਣ ਦੇ ਵਾਸਤੇ ਇਹਨਾਂ ਨੇ ਰਾਹ ਪੱਧਰਾ ਕੀਤਾ ਹੈਗਾ, ਤੇ ਜੇਕਰ ਸ਼ਾਦੀ ਕਰਨੀ ਸੀ ਵੀ ਉਹ ਉਦੋਂ ਦਾ ਕਰ ਸਕਦੇ ਸੀ 10-15 ਸਾਲ ਪਹਿਲਾਂ। ਲੇਕਿਨ ਬਾਬਾ ਜੀ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਤਿੰਦਰ ਤੁਹਾਡੇ ਨਾਲ ਕੋਈ ਜਤਿੰਦਰ ਨੇ ਗੱਲਬਾਤ ਕੀਤੀ ਹੈ ਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ ਔਰ ਕਿੰਨਾ ਝੂਠ ਹੈ? ਜੀ ਬਿਲਕੁਲ ਸੋਮ ਜੀ, ਜਤਿੰਦਰ ਨੇ ਵੀ ਇਹਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈਗੀ। ਉੱਥੇ ਇਹਨੇ ਜਿਹੜੇ ਮਨਪ੍ਰੀਤ ਕੌਰ ਨੇ ਇਲਜ਼ਾਮ ਲਗਾਏ ਨੇ ਜਤਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਦੇ ਉੱਪਰ, ਉਹਨਾਂ ਨੂੰ ਪੂਰਾ ਸਿਰੇ ਤੋਂ ਨਕਾਰਿਆ, ਪਰ ਉਹ ਜਿਹੜਾ ਆਪਣੇ ਪਿਤਾ ਦੀ ਸ਼ਾਦੀ ਤੋਂ ਵੀ ਅਣਜਾਣ ਦਿਖਾਈ ਦਿੱਤਾ ਜੀ ਸੋਮ। ਮਤਲਬ ਜਤਿੰਦਰ ਨੂੰ ਪਤਾ ਹੀ ਨਹੀਂ ਕਿ ਮੇਰੇ ਪਿਤਾ ਨੇ ਮਤਲਬ ਜਿਹੜੀ ਉਹਦੇ ਨਾਲ ਹਸਪੀਟਲ ਦੇ ਵਿੱਚ ਜੌਬ ਕਰਦੀ ਹੈ ਉਸਦੇ ਨਾਲ ਸ਼ਾਦੀ ਕਰਵਾ ਲਈ ਜੀ ਸੋਮ ਜੀ? ਇਹ ਤਾਂ ਇੱਕ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਪਤਾ ਜਦੋਂ ਸਾਰੀ ਦੁਨੀਆਂ ਦੇ ਵਿੱਚ ਪਤਾ ਲੱਗ ਗਿਆ ਤਾਂ ਜਤਿੰਦਰ ਨੂੰ ਕਿਵੇਂ ਹੋ ਸਕਦਾ ਵੀ ਪਤਾ ਨਾ ਹੋਵੇ? ਪਤਾ ਸਾਰਾ ਕੁਛ ਹੈ, ਪਰ ਕਾਨੂੰਨੀ ਅੜਕਣਾਂ ਤੋਂ ਬਚਦੇ ਹੋਏ ਨਜ਼ਰ ਆਏ ਜੀ ਸੋਮ ਜੀ। ਸੋ ਵਾਕਈ ਤੁਸੀਂ ਬਹੁਤ ਗਰਾਊਂਡ ਲੈਵਲ ਤੇ ਜਾ ਕੇ ਇਸ ਪੂਰੀ ਖਬਰ ਦੀ ਸਰਚ ਔਰ ਕੀਤੀ ਹੈ ਔਰ ਬਹੁਤ ਅੱਛਾ ਲੱਗਾ ਕਿ ਮਤਲਬ ਸੱਚਾਈ ਜਿਹੜੀ ਹੈ ਉਹ ਹਰ ਇੱਕ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆਖਰ 23 ਸਾਲ ਦੀ ਇੱਕ ਲੜਕੀ ਨੇ ਐਡਾ ਵੱਡਾ ਸਟੈਪ ਕਿਉਂ ਚੱਕਿਆ ਹੈ ਔਰ ਉਸਦੀ ਜਦੋਂ ਸੱਚਾਈ ਸਾਹਮਣੇ ਆਈ ਤਾਂ ਪਤਾ ਇਹ ਲੱਗਾ ਕਿ ਜਤਿੰਦਰ ਜੋ ਕਿ ਇਸ 65 ਸਾਲ ਦੇ ਬਜ਼ੁਰਗ ਦਾ ਬੇਟਾ ਹੈ ਉਸਦਾ ਆਪਣੀ ਪਤਨੀ ਨਾਲ ਡਾਈਵੋਰਸ ਦਾ ਕੇਸ ਚੱਲ ਰਿਹਾ ਅਤੇ ਸ਼ਾਇਦ ਉਹ ਡਾਈਵੋਰਸ ਦਾ ਕੇਸ ਲੰਬਾ ਹੋਣ ਕਰਕੇ ਇਹ ਸਾਰਾ ਕੁਛ ਉਹਨਾਂ ਨੂੰ ਚੱਕਣਾ ਪਿਆ, ਹਾਲਾਂਕਿ ਉਹਦੇ ਵੱਲੋਂ ਇਗਨੋਰ ਕੀਤਾ ਜਾ ਰਿਹਾ। ਲੇਕਿਨ ਪੂਰੇ ਪਰਿਵਾਰਿਕ ਮੈਂਬਰਾਂ ਨਾਲ ਜੋ ਬਾਬਾ ਜੀ ਨੇ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਸ਼ਮਸ਼ੇਰ ਸਿੰਘ ਦੇਖੋ ਜੀ, ਜਿਹੜੇ ਉਹਦੇ ਇਲਜ਼ਾਮ ਨੇ
ਉਹਦੇ ਇਲਜ਼ਾਮ ਹਰ ਅੱਜ ਕੱਲ੍ਹ ਹਰੇਕ ਲੇਡੀਜ਼ ਦੇ ਇਲਜ਼ਾਮ ਨੇ ਵੀ ਕੁੱਟਮਾਰ ਕਰਦਾ ਇਹ ਵੋ, ਪਰ ਅਸਲ ਸੱਚਾਈ ਇਹ ਬਿਲਕੁਲ ਹੀ ਝੂਠ ਆ, 100% ਝੂਠ ਆ। ਅਸਲ ਸੱਚਾਈ ਤਾਂ ਤੁਸੀਂ, ਮੈਂ ਵਾਇਰਲ ਨਹੀਂ ਕਰ ਸਕਦਾ ਕਿਉਂਕਿ ਕੋਰਟ ਦਾ ਐਵੀਡੈਂਸ ਆ, ਮੈਂ ਵਾਇਰਲ ਨਹੀਂ ਕਰ ਸਕਦਾ। ਇਸ ਲੇਡੀਜ਼ ਦੇ 3 ਤੋਂ 5 ਬੰਦਿਆਂ ਨਾਲ ਐਕਸਟਰਾ ਮੈਰੀਟਲ ਅਫੇਅਰ ਸੀ। ਕੁਛ ਸਾਡੇ ਪ੍ਰੀਤ ਕੌਰ ਵਾਈਫ ਮੇਰੀ, ਮੇਰੇ ਕੋਲ ਐਵੀਡੈਂਸ ਵੀ ਬਹੁਤ ਸਟਰੋਂਗ ਆ, ਮੈਂ ਵਾਇਰਲ ਨਹੀਂ ਕਰ ਸਕਦਾ। ਅਤੇ ਉਹ ਕੁਛ ਸਾਡੇ ਪਿੰਡ ਦੇ ਸੀ, ਕੁਛ 1-2 ਬੰਦੇ ਬਾਹਰਲੇ ਸੀਗੇ। ਮੇਰੀ ਡਿਊਟੀ ਦੌਰਾਨ ਮੈਨੂੰ ਤਾਂ ਕੋਲ ਰਿਕਾਰਡਿੰਗ ਤੋਂ ਪਤਾ ਲੱਗਿਆ, ਜੇ ਮੈਂ ਕੋਲ ਰਿਕਾਰਡ ਲਾਇਆ ਵੀ ਇਹਦਾ ਬਿਹੇਵੀਅਰ ਜਿਹੜਾ ਇੰਨਾ ਰੂਡ ਕਿਉਂ ਆ ਸਾਡੇ ਪ੍ਰਤੀ। ਅਸੀਂ ਘਰ ਜਾਣਾ ਸਾਨੂੰ ਜਰਨਾ ਨਹੀਂ ਸੀ, ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਰਾਹ ਦਾ ਰੋੜਾ। ਮੇਰੇ ਫਾਦਰ ਮਦਰ ਦੀ ਡੈਥ ਹੋਈ ਹੈ, ਸਿਸਟਰ ਮੇਰੀ ਵਿਆਹ 'ਤੇ ਸੀਗੇ ਅਤੇ ਮੈਂ ਹੀ ਹਾਂ ਬਸ। ਅਤੇ ਮੈਰਿਜ ਤੋਂ ਬਾਅਦ 2 ਬੱਚੇ ਹੋਏ ਸੀਗੇ। ਕਿੰਨੀ ਉਮਰ ਦੇ ਨੇ ਬੱਚੇ ਤੁਹਾਡੇ? ਸੁਖਪ੍ਰੀਤ ਕੌਰ ਹੈਗੀ 12 ਸਾਲ ਦੀ, ਯੁਵਰਾਜ ਸਿੰਘ ਮੇਰਾ ਬੇਟਾ ਉਹ ਹੈਗਾ 9 ਸਾਲ ਦਾ। ਤਾਂ ਇਹ ਸਮੇਂ ਲੈਣ ਦੀ ਕੋਈ ਜ਼ਰੂਰਤ ਪਈ ਤੁਹਾਨੂੰ? ਵੀਰ ਜੀ ਉਹ ਅਡਲਟਰੀ 'ਚ ਇੰਨਾ ਜ਼ਿਆਦਾ ਡੁੱਬ ਚੁੱਕੇ ਨੇ, ਅਡਲਟਰੀ 'ਚ ਕੋਈ ਗੱਲ ਬਣ ਨਹੀਂ ਸਕਦੀ। 4-5 ਬੰਦਿਆਂ ਨਾਲ ਐਕਸਟਰਾ ਮੈਰੀਟਲ ਅਫੇਅਰ, ਮੇਰੀ ਜਾਨ ਨੂੰ ਵੀ ਖਤਰਾ ਗਾ, ਤਾਂ ਬੱਚਿਆਂ ਦਾ ਵੀ, ਉਹਨਾਂ ਦਾ ਫਿਊਚਰ ਗਲਤ ਆ ਬੱਚਿਆਂ ਦਾ। ਤੁਸੀਂ ਇਸ ਚੀਜ਼ ਦੀ ਰਿਪੋਰਟ ਤਾਂ ਪਿੰਡ 'ਚ ਜਾ ਕੇ ਲੈ ਸਕਦੇ ਹੋ, ਥਾਣਾ ਰਣੀ ਕੈਦੋ ਵਗੈਰਾ, ਉੱਥੇ ਜੋ ਵੀ ਸਮਝੌਤੇ ਹੋਏ ਨੇ ਪੰਚਾਇਤਾਂ 'ਚ ਵੀ। ਇਹਨੂੰ ਤਲਬ ਕਿਹਾ ਗਿਆ ਸੀ ਵੀ ਤੂੰ ਬਸ ਘਰ ਬਹਿ ਕੇ ਆਪਣਾ ਘਰ ਵਸਾ, ਘਰੋਂ ਬਾਹਰ ਨਾ ਜਾ, ਵੀ ਤੂੰ ਟਿਕ ਜਾ ਹੈਗਾ। ਉਹ ਰੋਲ ਦਿੱਤਾ ਬੱਚੇ ਕਹਿ ਰਹੇ ਨੇ, ਦੇਖੋ ਜੀ ਬੱਚਿਆਂ ਨੂੰ ਤਾਂ ਸਿਖਾ ਕੇ ਕੁਛ ਵੀ ਕਹਿ ਦਿਓ, ਪਰ ਸੱਚ ਕੁਛ ਹੋਰ ਹੀ ਹੁੰਦਾ ਗਾ। ਮੈਂ ਕਲੀਅਰ ਐਵੀਡੈਂਸ ਦੇ ਆਧਾਰ 'ਤੇ ਕਹਿ ਰਿਹਾ ਜੋ ਮੇਰੇ ਕੋਲ ਹੈਗਾ ਗਾ। ਅਜੇ ਤੱਕ ਤਾਂ ਵੀਰੇ ਇੱਕ ਫਾਹਾ ਨਿਕਲਿਆ, ਦੂਜਾ ਗੱਲ 'ਚ ਪਾਉਣ ਵਾਲੀ ਗੱਲ ਕਰ, ਕਿੱਥੋਂ ਕਰਾ ਲੂੰਗਾ ਮੈਂ ਜਿਹੜੀ ਕਿੱਥੋਂ ਹੋਜੂਗੀ ਮੈਰਿਜ, ਤਾਂ ਅੱਜ ਮੈਂ ਕਰਾ ਹੀ ਨਹੀਂ ਸਕਦਾ। ਵਿੱਚ ਰੁਕੋ, ਜਿਹੜੀ ਹੁਣ ਤੁਹਾਡੇ ਜਿਹੜੇ ਬਲੇਮ ਲਾਏ ਗਏ ਨੇ ਵੀ ਜਿਹੜੇ ਤੁਹਾਡੇ ਫਾਦਰ ਨੇ ਮੈਰਿਜ ਕਰਾ ਕੇ ਇੱਕ ਕੁੜੀ ਨਾਲ, 23 ਸਾਲਾਂ ਦੀ ਕੁੜੀ ਨਾਲ, ਉਹ ਵੀ ਤੁਹਾਡੇ ਵਾਸਤੇ ਹੀ ਕਰਵਾਈ ਗਈ ਕਿਉਂਕਿ ਤੁਸੀਂ ਮੈਰਿਜ ਨਹੀਂ ਐਕਸਟਰਾ ਕਰਾ ਸਕਦੇ? ਨਹੀਂ ਜੀ, ਬਿਲਕੁਲ ਰੋਂਗ ਐਲੀਗੇਸ਼ਨ ਆ, ਬਿਲਕੁਲ ਰੋਂਗ ਐਲੀਗੇਸ਼ਨ ਆ। ਮੈਂ ਤਾਂ 3 ਸਾਲ ਤੋਂ ਆਹੀ ਡਿਸਪਿਊਟ ਲੜ ਰਿਹਾ ਜਿਹੜਾ ਮੈਂ ਦੱਸ ਰਿਹਾ ਵੀ ਇਹਦੇ ਐਕਸਟਰਾ ਮੈਰਿਟਲ ਅਫੇਅਰ ਨੇ, ਐਕਸਟਰਾ ਮੈਰਿਟਲ ਅਫੇਅਰ ਨੇ। ਫਿਰ ਤੁਹਾਡੇ ਫਾਦਰ ਨੇ ਉਹ ਕੁੜੀ ਨਾਲ ਕਿਉਂ ਮੈਰਿਜ ਕਰਾਈ? ਦੇਖੋ ਜੀ ਹੁਣ ਤਾਂ ਉਹੀ ਦੱਸ ਸਕਦੇ ਨੇ, ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦਾ। ਕਿਸੇ ਹੋਰ ਬੰਦੇ ਦੀ ਪੁਸ਼ਟੀ ਮੈਂ ਕਿੱਦਾਂ ਕਰ ਸਕਦਾ? ਮੈਂ ਆਪਣੀ ਪੁਸ਼ਟੀ ਕਰ ਸਕਦਾ। ਤੁਹਾਡੇ ਫਾਦਰ ਨੇ ਤੁਹਾਡੇ ਨਾਲ ਨਹੀਂ ਰਹਿੰਦੇ? ਦੇਖੋ ਜੀ ਹੁਣ ਤਾਂ ਨਹੀਂ ਮੇਰੇ ਨਾਲ ਰਹਿ ਰਹੇ ਹੈਗੇ। ਅਤੇ ਬਾਕੀ ਜਿਹੜੀ ਰਹੀ ਗੱਲ ਕੇਸ ਚੱਲਦੇ ਦੌਰਾਨ, ਇਹਨਾਂ ਨੇ ਮਨਪ੍ਰੀਤ ਕੌਰ ਨੇ ਕੁਛ ਬੰਦਿਆਂ ਦੇ ਨਾਲ ਮਿਲ ਕੇ ਸਾਡੇ ਘਰ 'ਤੇ ਵੀ ਕਬਜ਼ਾ ਕੀਤਾ ਹੋਇਆ, ਪਿੰਡ ਜਾ ਕੇ ਪਤਾ ਕਰ ਸਕਦੇ ਹੋ, ਉੱਥੇ ਹੀ ਰਹਿ ਰਹੀ ਹੈ। ਅਤੇ ਮੇਰੇ ਫਾਦਰ ਸਾਹਿਬ ਨੂੰ 2 ਸਾਲ ਤੋਂ ਲਗਾਤਾਰ ਉਹਨੇ ਬਾਹਰ ਕੱਢਿਆ ਹੋਇਆ ਘਰ ਤੋਂ। ਦੇਖੋ ਜੀ ਮੈਨੂੰ ਇਸ ਚੀਜ਼ ਦੀ ਕੋਈ ਪੁਸ਼ਟੀ, ਜਿਹੜੀ ਉਹ ਲੜਕੀ ਹੈ ਨਾਲ, ਅਸੀਂ ਲੜਕੀ ਨਾਲ ਵੀ ਗੱਲ ਕੀਤੀ ਹੈ, ਉਹ ਕਹਿੰਦੀ ਮੈਂ ਸ਼ਮਸ਼ੇਰ ਸਿੰਘ ਨਾਲ ਮੈਰਿਜ ਨਹੀਂ ਕਰਾਈ, ਵੀ ਇਹ ਤਾਂ ਇੱਕ ਅਸੀਂ ਡਰਾਮਾ ਕੀਤਾ ਵੀ ਮੇਰੀ ਮੈਰਿਜ ਤਾਂ ਜਿਹੜੀ ਜਤਿੰਦਰ ਸਿੰਘ ਨਾਲ ਹੀ ਹੋਈ ਹੈ। ਬਿਲਕੁਲ ਰੋਂਗ, ਮੇਰੇ ਨਾਲ ਮੈਰਿਜ ਕਿੱਦਾਂ ਹੋ ਗਈ? ਜਿਹੜਾ ਡਾਈਵੋਰਸ ਹੀ ਨਹੀਂ ਹੁੰਦਾ ਕਿੱਦਾਂ ਹੋ ਗਈ? ਤੁਸੀਂ ਫਿਲਹਾਲ ਕਿੱਥੇ ਰਹਿ ਰਹੇ ਹੋ, ਕੀ ਕੰਮ ਕਰ ਰਹੇ ਹੋ? ਮੈਂ ਤਾਂ ਇਹ ਜੋਬ ਕਰਦਾ ਸਿਵਲ ਹੋਸਪਿਟਲ ਸੰਗਰੂਰ 'ਚ, ਅਤੇ ਲੋਕਲੀ ਰਹਿੰਦਾ, ਰੈਂਟ 'ਤੇ ਹੀ ਰਹਿੰਦਾ। ਕੌਣ ਕੌਣ ਰਹਿ ਰਹੇ ਹੋ? ਮੈਂ ਇਕੱਲੀ ਹਾਂ ਜੀ, ਹੋਰ ਤਾਂ ਮੇਰੇ ਨਾਲ ਕੌਣ ਹੈ? ਮਦਰ ਦੀ ਤਾਂ ਮੇਰੀ ਡੈਥ ਹੋਈ ਹੈ, ਸਿਸਟਰ ਬਈ ਹੋਏ ਨੇ। ਹੁਣ ਕਾਰਵਾਈ ਦੀ ਮੰਗ ਕਰ ਰਹੇ ਨੇ, ਤੁਸੀਂ ਕੀ ਮੰਗ ਕਰ ਰਹੇ ਹੋ? ਮੈਂ ਤਾਂ ਜੀ ਆਪਦੇ ਰਾਈਟ 'ਤੇ ਖੜਾ, ਡਾਈਵੋਰਸ 3 ਸਾਲ ਤੋਂ ਉਸੇ ਰਾਈਟ 'ਤੇ ਖੜਾ, ਮੈਨੂੰ ਤਾਂ ਡਾਈਵੋਰਸ ਹੀ ਚਾਹੀਦਾ, ਮੈਂ ਤਾਂ ਡਾਈਵੋਰਸ ਹੀ ਲੈ ਸਕਦਾ, ਹੋਰ ਤਾਂ ਮੈਂ ਕੀ ਕਰ ਸਕਦਾ। 13 ਸਾਲ ਹੋ ਗਏ ਜੀ ਵਿਆਹ ਨੂੰ, 12 ਸਾਲ ਦੀ ਕੁੜੀ ਹੈ, 9 ਸਾਲ ਦਾ ਜੀ ਮੁੰਡਾ ਹੈਗਾ, 2.5 ਸਾਲ ਹੋ ਗਏ ਕੇਸ ਪਾਏ ਨੂੰ। ਵੀ ਉਦੋਂ ਬਾਅਦ ਜੀ ਇਹ ਬੁੜੇ ਨੇ ਵਿਆਹ ਕਰਾ ਲਿਆ, 420 ਕਰਦਾ ਹੈਗਾ, ਵੀ ਪਹਿਲਾਂ ਹੀ ਤੰਗ ਕਰਦੇ ਸਾਡੀ ਕੁੜੀ ਨੂੰ, ਤਾਂ ਇਹ ਜੇ ਹੁੰਦੇ ਸਮਝ ਜਵਾਕ ਛੋਟੇ ਛੋਟੇ ਤੇ ਗਏ। ਇੰਨੀ ਗੱਲ ਹੈ ਜੀ, ਵਿਆਹ ਕਿਉਂ ਕਰਵਾਇਆ ਜੀ? ਕੈਦ ਹੋਣੀ ਚਾਹੀਦੀ ਜੀ ਇਹਨਾਂ ਨੂੰ, ਠੀਕ ਆ? ਨਹੀਂ ਅਸੀਂ ਤਾਂ ਜੀ ਹੁਣ ਦੱਸ ਨਹੀਂ ਸਕਦੇ, ਬਸ਼ਰਮੀ ਆਉਂਦੇ ਸਾਨੂੰ ਤਾਂ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਪਾਪਾ ਨੇ, ਤੁਹਾਡੇ ਦਾਦਾ ਜੀ ਨੇ ਇੰਨੀ ਜਿਹੜੀ ਹੈਗੀ ਆ ਹਰਕਤ ਘੜੀ ਕੀਤੀ ਹੈ? ਪਹਿਲਾਂ ਮੰਮਾ ਨੂੰ ਪਾਪਾ ਹੀ ਮਾਰਦੇ ਹੁੰਦੇ ਸੀ ਹੌਲੀ ਹੌਲੀ, ਅਤੇ ਮੇਰੇ ਭਾਈ ਨੂੰ ਅਤੇ ਮੈਨੂੰ ਅਤੇ ਮੰਮਾ ਨੂੰ ਝੱਲਣਾ ਪੈਂਦਾ ਸੀ ਕੁੱਟਮਾਰ। ਫਿਰ ਹੌਲੀ ਹੌਲੀ ਮੰਮਾ ਪਾਪਾ ਅਤੇ ਮੰਮਾ ਦੇ ਉੱਤੇ ਕੇਸ ਪਾ ਤਾ ਹੌਲੀ ਹੌਲੀ। ਫਿਰ ਹੈ ਨਾ, ਫਿਰ ਹੌਲੀ ਹੌਲੀ ਜਦ ਉਹਨਾਂ ਨੇ ਤਲਾਕ ਕਿਹਾ ਵੀ ਸਾਨੂੰ ਤਲਾਕ ਦੇਵੋ, ਫਿਰ ਹੈ ਨਾ ਮੰਮਾ ਨੇ ਤਲਾਕ ਨਹੀਂ ਦਿੱਤਾ। ਫਿਰ ਉਹਨਾਂ ਨੇ ਹੈ ਨਾ ਮੇਰੇ ਦਾਦਾ ਜੀ ਨਾਲ ਵਿਆਹ ਕਰਾ ਕੇ ਫਿਰ ਹੈ ਨਾ ਮੇਰੇ ਡੈਡੀ ਨੂੰ ਸਮਾਤੇ ਸੀਗੇ। ਮੇਰੇ ਪਾਪਾ ਨੇ ਨਾ ਜਿਸ ਉਹ ਕੀਤਾ ਇਹ ਕੰਮ, ਨਾ ਸਾਡੀ ਵੀ ਜ਼ਿੰਦਗੀ ਬਰਬਾਦ ਹੋ ਰਹੀ ਆ, ਇਹ ਹੈ ਨਾ ਲੋਕ ਸਾਨੂੰ ਵੀ ਹਸ ਕਰਦੇ ਨੇਗੇ ਵੀ ਹੈ ਨਾ ਤੁਹਾਡੇ ਐਂ ਹੋਇਆਗਾ, ਸਾਨੂੰ ਵੀ ਸ਼ਰਮ ਆਉਂਦੀ ਆ। ਮੇਰੇ 11ਵਾਂ ਮਹੀਨਾ 2006 'ਚ ਸਾਡਾ ਮੈਰਿਜ ਸੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਦੁਖੀ ਦੁਖੀ ਕੀਤਾ ਹੈਗਾ। ਪਹਿਲਾਂ ਬੱਚੀ ਹੋ ਗਈ ਆ,
लड़ कुड़ी हो या कुड़ी तो वैसे कहन लगे ने हाय कुड़ी होगी। मेरे सहुरे ने मेरे ना बहुत तो ये गल तो जिरा की है भी सानू कुड़ी जम बना करके दी जम के। उस तो बाद फिर मेरे जो उस बाद बच्चा दुबारे होना सीगा, दुबारे होए तो भी इन्हें बहुत कलेस पाए भी इसी बच्चा रखना नहीं तो इनू यदी करा दो सफाई करा दो, वह भी मैं इन्होंने दो बारी करवाती, बहुत मेरे ना कुटमार करी इन्होंने। क्यों बस की पता मेरे बस कह दाज बसी तो उस बाद जा कुड़ी का रिलेशनशिप सी ये जितेंद्र नाला जी शमशेर सिंह चाहिए मेरे ये है कि यह असल चाहिए है जितेंद्र नाल आ गई। ये लड़की का पहले तो लव जितेंद्र नाल सी एक हॉस्पिटल च गलबात कर रहे ने जो नाल तो एक सरकारी हॉस्पिटल च कम करते ने वह भी जथी जॉब करते एक जॉब ची इन्हों गलबात सी मेरे केस चलता केस चलते तो भी ये अपनी लड़की नाल लड़के ना तो मैरिज करा नहीं सकता सीगा तो इन्हें अपने नाल मैरिज करा के सबूत पेश किया गा भी ये मेरे लड़के नाल नहीं हैगी मेरे नाल मैरिज है इन्हों की असल मैरिज इन्हों लड़के नाल आ गई जी मैं मानती हैगी मैरिज तो जितेंद्र सिंह नाल ही है जी। हाँ जी ये धोखा ही है मेरे नाल भी धोखा मेरे बच्चे नाल भी धोखा जी। हाँ जी ये सिखी नूं भी दाग ही है जी की मंग ये हम सख्त सख्त मैं तो सज़ा होनी चाहिए जी दो तीन चार जने सने कुड़ी के बाप नूं जी। कोर्ट जी मेरे यही है भी मैं साफ मिले भी मैं तलाक तो मैं देना नहीं इन्हों मेरे बच्चे ने दो गुड़ी आ गई मेरी 13 साल की बेटा आ गया मेरा 9 साल का जी। हाँ जी साढ़े तिना सू तिना सा हिस्सा मिलना चाहिए नकीले ने गए जी अज तो 23 साल पहला जितेंद्र सिंह के दादे ने जितेंद्र के नौ वाहन कराया सी जी शमशेर सिंह के नौ वाहन नहीं हैगा इन्होंने मैं घरों क्ढन के लिए शमशेर सिंह ने आपदे नौ वाहन करा लिया सारा सारी प्रॉपर्टी आपदे नौ करा ली भी इन्हें किसी चीज़ चो हिस्सा ना मिले भी ये हिस्सा दादेदारी चो मिलना चाहिए शुरू तो गेम ही चलती है। मैं जी मंग ये कर दी हाँ जेडे इन्होंने ये धोखा मेरे ना किया पहले चिर तो मेरे ना गेम खेड रहे हैं ये शुरू जड़ तो पुष्टि की जाए वह बनती कार्रवाई ना करी जाए मेरा हक मैं दवाया जाए। हाँ जी ये पूरी गहराई ना जांच होनी चाहिए जी। हाँ जी उन्होंने भी कार्रवाई होगी जो झूठे झूठ साथ देंगे ने गे जी। अपनी हो गए 13 साल ब्याही 12 साल की बेटी है जी 9 साल का यदा काका है ये जानी 2-5-6 वरी तो इन्होंने चंगा कट्टिया उदू मगरों यदी माँ को मिलनी सी नौकरी जितेंद्र न जितेंद्र ने कहा मैं समझ बहुत कुड़ी धोखा दे चुके भी तू आप लिखा नहीं कितने ब्याह होया ज ना होया भी मैं नौकरी नहीं मिलनी जो नौकरी मिल गई बस फिर तो यह समझ साढ़े हथों निकली गया फिर तो बस तू मैं कौन है कुटमार भी कुड़ी तो करते रहे ने भी असं घर रखनी चाहते ही नहीं है चौंकियों भी गया जी चौंकी भी लिखाया इन्होंने चौंकी गया इन्हें रिश्तेदार सारे कट्ठे हुए ने इत सेरसों जी सेरसों के मुंडे मेरी कुड़ी ब्याही हुई मुंडे का नाम जितेंद्र है वह समझ पज बना के हूँ उधर उन्होंने इन मेरी धीन छड़ते ने उन्होंने लेके आते हैं क्यों वो तो 420 साढ़े ना करी है जी ये तो 420 साढ़े ना कर रहे ने ब्याह तो जितेंद्र ही होया ये जी 5-6 साल हो गए कट्ठे हस्पताल कम करते कुड़ी तो लंगोवाली ये जितेंद्र दोनों काम उत्थे करते बस उत्थे इन्होंने घर जूठा कर लिया इनू सानू घरे जी वह कुड़ी का पति जी सू सारा पता जी। हाँ जी अच्छा कई बार हूँ उन्होंने जो घरों बग जाना 5-5 दिन 6-6 दिन आँदा ना हस्पताल तो जो 5-5-6-6 दिन आँदा ना ये अपनी गुड्डी भी कहती भी थोड़ी रात की ड्यूटी है तुम दिन में घर आओ दिन की ड्यूटी है तो रात में घर आओ भी किसी टाइम का घर आओ बस इनू लारा लप्पा लाई तो मैं कम करना मैं उत्थे पेपर देना मैं गाह पड़ाव की तरक्की कर दें इन्हें जानी लारा लप्पा ही रखी लाई ना जी ना जी असं करें इन्हों की कार्रवाई देखो हूँ पहली साड़ी कुड़ी तलाक तो इन्होंने दी नहीं तलाक तो दे रही नहीं भी यदि हिस्सेदारी से सारा कुछ मिलना चाहिए जो कुछ हो इन्हों कर्म हो बैठी झगड़ी जाएंगे चल जिद तलाक ले लो ठीक है असं कुड़ी तो दे नहीं रही तलाक हूँ बच्चे पाने देखो जी बच्चों की पढ़ाई लिखियाई कितने जा रही है उन्होंने रोटी टुक भी उन्होंने भी देना अजे बैठी है गरीबों तो लागे दी पैड़ी हुई उन्होंने तो जी पूरा कलंक लगना चाहिए जो गुरु ग्रंथ साहब उन्होंने कुछ मानते भी साढ़े ना एडा बड़ा धोखा करते हैं
उन्होंने मिलना साथ मिलना चाहिए बंद कार्य कराए ने। हाँ जी पिंड दे विच होई आ पंचायत है सारी ये तो जी हुण तुसीं बेटी भी साढ़े गांह पोती हाण दी है बेटी की भी उम्र बड़ी वागी नहीं पोती हाण दी है जिदे नाल करवा रहे ने ये असीं तां कहिंदे जी इहनूं सारा कुछ जो कुछ इहदे घर च हैगा इह हिस्सेदारी मिलनी चाहिए है साढ़े ना इन्हें यह केस पाया उस टाइम तीन तो यदि गड्डिया चलदिया थी 15 बीघे को वाहन थी बलाडे प्लाट लिया होगा संगरूर प्लाट लिया जी धूरी प्लाट लिया हो बाबा जी होर की कहना चाहते हो हाँ जी सोम जी ए जितेंद्र सिंह जेडे बच्चे ने सहरा परिवार है उन्होंने भी गलबात की जानी मनप्रीत कौर के मम्मी डैडी इन्होंने भी सारा जरा एक ड्रामा करार दिता है इस मामले नू सारे नू ते बाकी जड़े बच्चे ने बच्चों नू एक बच्ची हैगी जतेंद्र दी 12 साल दी ते बच्चा हैगा 9 साल दा बच्ची ने सानू दस्सेगा कहिंदी भी मैनू स्कूल दे विच जड़ी बहुत ज्यादा जलील किया जांदा है ते मेरे दादे दी शादी नू लैके भी बहुत ज्यादा मेरे ते तंज कसे जांदे ने ते बाकी हुण इन्होंने एक कोर्ट दे विच जिहड़ा विरासती हुंदा हैगा अपना हक ਉਹਨੂੰ ਲੈਣ ਵਾਸਤੇ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਹੈਗਾ ਜੀ ਸੋਮ ਜੀ ਬਾਬਾ ਜੀ ਜਿਹੜੇ ਬੱਚੇ ਆ ਉਹ ਇਸ ਟਾਈਮ ਕਿਹਨਾਂ ਨਾਲ ਰਹਿ ਰਹੇ ਆ ਆਪਣੇ ਪਾਪਾ ਦੇ ਨਾਲ ਜਾਂ ਮਦਰ ਦੇ ਨਾਲ ਨਹੀਂ ਮਦਰ ਦੇ ਨਾਲ ਰਹਿ ਰਹੇ ਨੇ ਉਹ ਪਿੰਡ ਕੱਟੂ ਵਾਲੀਆਂ ਵਿਖੇ ਜਿਹੜਾ ਉਹਨਾਂ ਦਾ ਸਹੁਰਾ ਘਰ ਹੈਗਾ ਆਪਣਾ ਮਨਪ੍ਰੀਤ ਕੌਰ ਦਾ ਉੱਥੇ ਹੀ ਰਹਿ ਰਹੇ ਨੇ ਜੀ ਸੋਮ ਜੀ ਸੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਬਾਬਾ ਜੀ ਪੂਰੀ ਸਟੋਰੀ ਦੀ ਅਸਲ ਵਿੱਚ ਬੈਕਗ੍ਰਾਊਂਡ ਕੀ ਆ ਉਸ ਬਾਰੇ सर्च की है और यह आने वाले समय से पता लगेगा कि इस स्टोरी विच भी किन्ना सच है किन्ना झूठ है ये सारे कुछ जांच का विषय है ये मान जो कोर्ट के अधीन है कि आने वाले दिनों विच मतलब इस पूरे केस नू किस कदर वेखते हैं ये सी हुण तक दी अपडेट बाकी अपडेट जिवें आउणगी असीं लैके रूबरू हुंदे रहांगे तुसीं जुड़े रहो एवन पंजाबी टीवी दे